ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਜਮਾਤ ਚੌਥੀ ਵਿਸ਼ਾ ਵਾਤਾਵਰਣ ਸਿੱਖਿਆ ਪਾਠ ਨੰਬਰ 6 ਜੰਤੂ ਅਤੇ ਝੁੰਡਸੀ ਪੜ ਚੁੱਕੇ ਹਾਂ ਬੱਚਿਓ ਇਸ ਪਾਠ ਰਾਹੀਂ ਸਾਨੂੰ ਜੰਤੂਆਂ ਦੀ ਅਦਭੁਤ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਪਾਠ ਰਾਹੀਂ ਸਾਨੂੰ ਆਪਣੇ ਆਲੇ ਦੁਆਲੇ ਝੁੰਡਾਂ ਵਿੱਚ ਰਹਿਣ ਵਾਲੇ ਜੰਤੂਆਂ ਦੀਆਂ ਵਿਸ਼ੇਸ਼ਤਾਵਾਂ ਉਹਨਾਂ ਦੇ ਵਿਵਹਾਰ ਅਤੇ ਉਹਨਾਂ ਦੇ ਸੁਭਾਅ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਅੱਜ ਆਪਾਂ ਇਸ ਪਾਰ ਦੀ ਤਹਰਾਈ ਬਹੁ ਵਿਕਲਪੀ ਪ੍ਰਸ਼ਨਾਂ ਰਾਹੀਂ ਕਰਦੇ ਹਾਂ ਪ੍ਰਸ਼ਨ ਨੰਬਰ 1 ਮਧੂਮੱਖੀ ਦੇ ਘਰ ਨੂੰ ਕੀ ਕਹਿੰਦੇ ਹਨ ਸਾਡੇ ਕੋਲ ਵਿਕਲਪ ਹਨ ਊੜਾ ਛੱਤਾ ਐੜਾ ਖੁੱਡਾ ਈੜੀ ਅਸਤਬਲ ਸਸਾ ਘਰ ਹਾਂਜੀ ਬੱਚਿਓ ਮਧੂਮੱਖੀ ਦੇ ਘਰ ਨੂੰ ਕੀ ਕਹਿੰਦੇ ਹਨ ਹਾਂਜੀ ਬਿਲਕੁਲ ਸਹੀ ਜਵਾਬ ਮਧੂਮੱਖੀ ਦੇ ਘਰ ਨੂੰ ਛੱਤਾ ਕਹਿੰਦੇ ਹਨ ਪ੍ਰਸ਼ਨ ਨੰਬਰ 2 ਇੱਕ ਛੱਤੇ ਵਿੱਚ ਕਿੰਨੀਆਂ ਰਾਣੀ ਮੱਖੀਆਂ ਹੁੰਦੀਆਂ ਹਨ ਸਾਡੇ ਕੋਲ ਵਿਕਲਪ ਹਨ ਓੜਾ 1 ਐੜਾ 2 ਈੜੀ 3 ਸਸਾ 4 ਬੱਚਿਓ ਅਸੀਂ ਪਾਠ ਵਿੱਚ ਪੜ੍ਹਿਆ ਹੈ ਹਰ ਛੱਤੇ ਵਿੱਚ ਇੱਕ ਰਾਣੀ ਮੱਖੀ ਹੁੰਦੀ ਹੈ ਜਿਸ ਦਾ ਆਕਾਰ ਦੂਜਿਆਂ ਨਾਲੋਂ ਕੁਝ ਵੱਡਾ ਹੁੰਦਾ ਹੈ ਤਾਂ ਸਾਡੇ ਕੋਲ ਸਹੀ ਵਿਕਲਪ ਹੈ ਓੜਾ 1 ਪ੍ਰਸ਼ਨ ਨੰਬਰ 3 ਕਿਹੜੀ ਮੱਖੀ ਛੱਤੇ ਵਿੱਚ ਆਂਡੇ ਦਿੰਦੀ ਹੈ ਸਾਡੇ ਕੋਲ ਵਿਕਲਪ ਹਨ ਊੜਾ ਨਰਮੱਖੀ ਐੜਾ ਰਾਣੀ ਮੱਖੀ ਈੜੀ ਕਾਮਾ ਮੱਖੀ ਸਸਾ ਸਾਰੀਆਂ ਹਾਂਜੀ ਅਸ਼ਵਿਨ ਤੁਸੀਂ ਦੱਸੋ ਇਸ ਦਾ ਉੱਤਰ ਕੀ ਆਵੇਗਾ ਮੈਡਮ ਜੀ ਰਾਣੀ ਮੱਖੀ ਸ਼ਾਬਾਸ਼ ਬਿਲਕੁਲ ਸਹੀ ਜਵਾਬ ਆੜਾ ਵਿਕਲਪ ਸਹੀ ਹੈ ਪ੍ਰਸ਼ਨ ਨੰਬਰ 4 ਕਿਹੜੀ ਮੱਖੀ ਦਾ ਕੰਮ ਛੱਤਾ ਬਣਾਉਣਾ ਅਤੇ ਰਸ ਇਕੱਠਾ ਕਰਨਾ ਹੈ ਸਾਡੇ ਕੋਲ ਵਿਕਲਪ ਹਨ ਊੜਾ ਰਾਣੀ ਮੱਖੀ ਐੜਾ ਨਰਮ ਮੱਖੀ ਈੜੀ ਕਾਮਾ ਮੱਖੀ ਸਸਾ ਸਾਰੀਆਂ ਮੱਖੀਆਂ ਦਾ ਹਾਂਜੀ ਤੁਸੀਂ ਦੱਸੋ ਅਭਿਜੋਤ ਇਸ ਦਾ ਸਹੀ ਉੱਤਰ ਕੀ ਹੈ ਮੈਡਮ ਜੀ ਕਾਮਾ ਮੱਖੀ ਦਾ ਕੰਮ ਛੱਤਾ ਬਣਾਉਣਾ ਅਤੇ ਰਸ ਇਕੱਠਾ ਕਰਨਾ ਹੈ ਸ਼ਾਬਾਸ਼ ਬੱਚਿਓ ਬਿਲਕੁਲ ਸਹੀ ਜਵਾਬ ਪ੍ਰਸ਼ਨ ਨੰਬਰ 5 ਹੇਠ ਲਿਖਿਆਂ ਵਿੱਚੋਂ ਕਿਹੜਾ ਸੰਕੋਚੀ ਜਾਨਵਰ ਹੈ ਸਾਡੇ ਕੋਲ ਵਿਕਲਪ ਹਨ ਊੜਾ ਪੇੜ ਐੜਾ ਸ਼ੇਰ ਈੜੀ ਖਰਗੋਸ਼ ਸਸਾ ਕੁੱਤਾ ਬੱਚਿਓ ਅਸੀਂ ਪਾਠ ਵਿੱਚ ਪੜਿਆ ਹੈ ਕਈ ਜਾਨਵਰ ਸਵੇਰ ਤੋਂ ਸੰਕੋਚੀ ਜਾਂ ਡਰਪੋਖ ਹੁੰਦੇ ਹਨ ਇਹ ਕਿਸੇ ਵੀ ਅਣਜਾਣ ਚੀਜ਼ ਜਾਂ ਮਨੁੱਖ ਨੂੰ ਦੇਖਦਿਆਂ ਹੀ ਉੱਥੋਂ ਦੌੜ ਜਾਂਦੇ ਹਨ

ਪਾਠ ਵਿੱਚੋਂ ਪੜ੍ਹੇਗੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ ਲਿਖਨੇ ਅਤੇ ਯਾਦ ਕਰਨੇ ਹਨ ਧੰਨਵਾਦ